ਬੂਲੀਅਨ ਲਾਜ਼ ਤੇ ਅਸੀਂ ਨੂਮੈਰੀਕਲ ਹੋਰ ਕੈਲਕੂਲੇਟ ਕਰਦੇ ਹਾਂ। ਵਾਈ ਇਜ਼ ਇਕਲ ਟੂ ਏ ਬੀ ਬਾਰ ਔਰ ਏ ਬਾਰ ਔਰ ਏ ਬੀ, ਇਹਦਾ ਕੰਪਲੀਮੈਂਟ ਇਹ ਅਸੀਂ ਕੈਲਕੂਲੇਟ ਕਰਨਾ। ਤਾਂ ਇਹਦੇ ਲਈ ਸਾਰਿਆਂ ਨੂੰ ਪਹਿਲਾਂ ਉੱਪਰ ਜਿਹੜਾ ਲੱਗਿਆ ਹੋਇਆ ਬਾਰ ਉਹਨੂੰ ਤੋੜਨਾ ਜ਼ਰੂਰੀ ਹੈ। ਉਹਦੇ ਲਈ ਸਾਡੇ ਕੋਲ ਹੈਗੀ ਹੈ ਡੀ ਮੋਰਗਨ ਥਿਓਰਮ। ਡੀ ਮੋਰਗਨ ਥਿਓਰਮ ਕੀ ਕਹਿੰਦੀ ਹੈ? ਵੀ ਜਿਹੜਾ ਕੰਪਲੀਮੈਂਟ ਇਹ ਇਕੱਲੇ ਇਕੱਲੇ 'ਤੇ ਹੋ ਜਾਂਦਾ, ਤਿੰਨ ਟਰਮ ਆ ਇਹਦੇ 'ਚ, ਇੱਕ ਟਰਮ ਆ, ਇੱਕ ਦੋ ਅਤੇ ਤਿੰਨ, ਇਹ ਕੰਪਲੀਮੈਂਟ ਇਕੱਲੇ ਇਕੱਲੇ 'ਤੇ ਹੋ ਜੂਗਾ। ਜਿਹੜੇ 'ਚ ਆ ਔਰ ਓਪਰੇਸ਼ਨ ਹੈ ਅਤੇ ਇੱਥੇ ਔਰ ਓਪਰੇਸ਼ਨ, ਕਾਹਦੇ 'ਚ ਕਨਵਰਟ ਹੋ ਜੂਗਾ? ਐਂਡ ਦੇ ਵਿੱਚ ਇਹ ਬਣ ਜਾਣਾ ਏ ਬੀ ਦਾ ਡਬਲ ਕੰਪਲੀਮੈਂਟ, ਇੱਕ ਪਹਿਲਾਂ ਸੀਗਾ, ਐਂਡ ਏ ਦਾ ਡਬਲ ਕੰਪਲੀਮੈਂਟ ਐਂਡ ਏ ਬੀ ਦਾ ਕੰਪਲੀਮੈਂਟ, ਠੀਕ ਹੈ। ਆਹ ਡਬਲ ਕੰਪਲੀਮੈਂਟ ਇੱਕ ਦੂਜੇ ਨਾਲ ਕੈਂਸਲ ਹੋ ਜਾਂਦੇ, ਆਹ ਡਬਲ ਕੰਪਲੀਮੈਂਟ ਇੱਕ ਦੂਜੇ ਨਾਲ ਕੈਂਸਲ ਹੋ ਗਏ, ਇਹ ਹੋ ਗਿਆ ਏ ਬੀ ਐਂਡ ਏ ਐਂਡ। ਇੱਥੇ ਡੀ ਮੋਰਗਨ ਫੇਰ ਲਾ ਦਿਓ, ਇੱਥੇ ਡੋਟ ਹੈ, ਜੇ ਕੁਛ ਵੀ ਨਹੀਂ ਹੈ ਤਾਂ ਡੋਟ ਹੈ। ਤਾਂ ਏ ਐਂਡ ਬੀ ਦਾ ਕੰਪਲੀਮੈਂਟ ਆ ਜੂਗਾ, ਏ ਦਾ ਕੰਪਲੀਮੈਂਟ ਔਰ ਬੀ ਦਾ ਕੰਪਲੀਮੈਂਟ, ਠੀਕ ਹੈ। ਇਹਦੇ 'ਚ ਏ ਐਂਡ ਏ ਕਿੰਨਾ ਬਣ ਜੂਗਾ? ਏ ਬਣ ਜੂਗਾ। ਏ ਐਂਡ ਏ ਕਿੰਨਾ ਹੋ ਜੂਗਾ? ਏ ਦੇ ਇੱਥੋਂ ਐਂਡ ਬੀ ਐਂਡ ਕੀ ਰਹਿ ਗਿਆ? ਏ ਬਾਰ ਔਰ ਬੀ ਬਾਰ। ਇਹਨੂੰ ਫਿਰ ਖੋਲ੍ਹ ਦਿਓ, ਏ ਐਂਡ ਬੀ ਐਂਡ ਏ ਬਾਰ, ਏ ਐਂਡ ਬੀ ਐਂਡ ਬੀ ਬਾਰ। ਜੇ ਏ ਐਂਡ ਏ ਬਾਰ ਆ ਜਾਵੇ ਤਾਂ ਕਿੰਨਾ ਹੁੰਦਾ? ਜ਼ੀਰੋ। ਇਹਦੇ 'ਚ ਏ ਐਂਡ ਏ ਬਾਰ ਆ ਗਿਆ, ਇਹਨੇ ਸਾਰੇ ਨੂੰ ਕੀ ਬਣਾ ਦੇਣਾ? ਜ਼ੀਰੋ। ਇਹਦੇ 'ਚ ਬੀ ਐਂਡ ਬੀ ਬਾਰ ਆ ਗਿਆ, ਇਹ ਵੀ ਜ਼ੀਰੋ ਬਣਾ ਦੂਗਾ ਇਹਨੂੰ। ਤਾਂ ਇਹਦਾ ਆਂਸਰ ਕਿੰਨਾ ਆ ਗਿਆ? ਜ਼ੀਰੋ ਆ ਗਿਆ। ਅਗਲਾ ਕੁਐਸਚਨ ਹੈਗਾ ਵਾਈ ਇਜ਼ ਇਕਲ ਟੂ ਏ ਬੀ ਬਾਰ ਔਰ ਏ ਬਾਰ ਬੀ ਔਰ ਏ ਬੀ ਔਰ ਏ ਬੀ ਬਾਰ, ਠੀਕ ਹੈ। ਹੁਣ ਇਹਨਾਂ 'ਚੋਂ ਦੇਖੀਏ ਆਪਾਂ, ਆ ਏ ਆ, ਆ ਏ ਬਾਰ ਆ, ਆ ਬੀ ਆ, ਬੀ ਬਾਰ, ਇਹਨਾਂ ਦੋਨਾਂ 'ਚੋਂ ਤਾਂ ਕੁਛ ਨਹੀਂ ਨਿਕਲਦਾ। ਇਹਦੇ 'ਤੇ ਇਹਦੇ 'ਚੋਂ ਦੇਖੀਏ, ਪਹਿਲੇ ਅਤੇ ਤੀਜੇ 'ਚੋਂ ਕੀ ਨਿਕਲਿਆ ਹੈ ਕੋਮਨ? ਏ। ਵਿੱਚ ਕੀ ਰਹਿ ਗਿਆ? ਬੀ ਬਾਰ ਔਰ ਬੀ। ਇਹਦੇ 'ਤੇ ਇਹਦੇ 'ਚੋਂ ਕੱਢ ਲਓ ਕੋਮਨ, ਕੁਛ ਨਿਕਲਦਾ? ਨਹੀਂ। ਫਿਰ ਇਹਨੂੰ ਉਵੇਂ ਲਿਖ ਲਓ, ਏ ਬਾਰ ਬੀ ਔਰ ਏ ਬੀ ਬਾਰ, ਠੀਕ ਹੈ। ਤਾਂ ਪਹਿਲੇ ਅਤੇ ਤੀਜੇ 'ਚੋਂ ਹੀ ਨਿਕਲਿਆ ਕੋਮਨ, ਇਹ ਬਣ ਗਿਆ ਤੁਹਾਡਾ ਏ। ਔਰ ਏ ਬਾਰ ਬੀ ਔਰ ਏ ਬੀ ਬਾਰ, ਇਹਦੇ 'ਚੋਂ ਫਿਰ ਏ ਨਿਕਲਿਆ ਕੋਮਨ,
ਵਿੱਚ ਕੀ ਰਹਿ ਗਿਆ? 1 ਔਰ ਬੀ ਬਾਰ ਔਰ ਏ ਬਾਰ ਬੀ। 1 ਔਰ ਬੀ ਬਾਰ ਕਿੰਨਾ ਹੋਊਗਾ? 1। ਔਰ ਗੇਟ ਦੇ ਵਿੱਚ ਇੱਕ ਵੀ ਇਨਪੁੱਟ 1 ਹੋ ਜਾਵੇ ਤਾਂ ਕਿੰਨੀ ਹੁੰਦੀ ਹੈ? 1 ਹੁੰਦੀ ਹੈ। ਇਹ ਬਣ ਗਿਆ ਏ ਔਰ ਏ ਬਾਰ ਬੀ। ਇੱਥੇ ਹੁਣ ਉਹ ਥਿਓਰਮ ਲੱਗ ਜਾਣੀ ਹੈ ਡਿਸਟ੍ਰੀਬਿਊਟਿਵ ਲਾ। ਇਹ ਬਣ ਜੂਗਾ ਏ ਔਰ ਏ ਬਾਰ ਐਂਡ ਏ ਔਰ ਬੀ। ਠੀਕ ਹੈ, ਏ ਔਰ ਏ ਬਾਰ ਕਿੰਨਾ ਹੁੰਦਾ? 1। ਏ ਔਰ ਬੀ ਤਾਂ ਇਹ ਕਿੰਨਾ ਬਣ ਗਿਆ? ਏ ਔਰ ਬੀ ਬਣ ਗਿਆ ਇਹਦਾ ਆਨਸਰ। ਠੀਕ ਹੈ, ਹੋਰ ਨੁਮੈਰੀਕਲ ਲਈਏ ਅਸੀਂ। y is equal to a or c, a or d, b or c, b or d, ਇਹਨੂੰ ਪ੍ਰੂਵ ਕਰਨਾ ਅਸੀਂ a b or c d ਦੇ ਬਰਾਬਰ। ਏ ਬੀ ਔਰ ਸੀ ਡੀ ਦੇ ਬਰਾਬਰ ਇਹਦਾ ਐਲ ਐਚ ਐਸ ਲੈ ਲਓ। ਐਲ ਐਚ ਐਸ ਇਜ਼ ਇਕਲ ਟੂ ਏ ਔਰ ਸੀ, ਏ ਔਰ ਡੀ, ਬੀ ਔਰ ਸੀ, ਬੀ ਔਰ ਡੀ। ਪਹਿਲਾਂ ਇੱਥੋਂ ਇਹਨੂੰ ਖੋਲ੍ਹਣਾ ਸ਼ੁਰੂ ਕਰੋ। ਇਹ ਕੀ ਬਣ ਗਿਆ? ਏ ਐਂਡ ਏ ਔਰ ਏ ਐਂਡ ਡੀ, a and c ਜਾਂ c or c and a, a and c ਬਣ ਗਿਆ ਔਰ c and d। ਠੀਕ ਹੈ, ਇਹਨੂੰ ਖੋਲ੍ਹਣਾ ਸ਼ੁਰੂ ਕਰ ਦਿਓ ਦੋਨਾਂ ਨੂੰ। b and b, b and d, b and c or c and d। a and a ਕਿੰਨਾ ਹੋ ਗਿਆ? a ਔਰ ਏ ਡੀ ਔਰ ਏ ਸੀ ਔਰ ਸੀ ਡੀ। ਇਹਦੇ 'ਚ ਆ ਗਿਆ ਬੀ ਔਰ ਬੀ ਡੀ ਔਰ ਬੀ ਸੀ ਔਰ ਸੀ ਡੀ। ਇੰਨਿਆਂ ਦੇ ਵਿੱਚੋਂ ਇਹ ਕੱਢ ਦਿਓ ਕੋਮਨ। ਵਿੱਚ ਕੀ ਰਹਿ ਗਿਆ? 1 ਔਰ ਡੀ ਔਰ ਸੀ ਔਰ ਸੀ ਡੀ। ਇਹ ਬ੍ਰੈਕਟ ਬੰਦ ਕਰਤੀ, ਇਹਨਾਂ 'ਚੋਂ ਬੀ ਕੋਮਨ ਕੱਢ ਦਿਓ। 1 ਔਰ ਡੀ ਔਰ ਸੀ ਔਰ ਸੀ ਡੀ। ਔਰ ਗੇਟ ਦੇ ਵਿੱਚ ਇੱਕ ਇਨਪੁੱਟ ਹੋ ਜੇ 1 ਤਾਂ ਇਹ ਕਿੰਨਾ ਬਣ ਜਾਂਦਾ? 1। ਇੱਥੇ ਵੀ ਔਰ ਗੇਟ ਦੇ ਵਿੱਚ ਇੱਕ ਇਨਪੁੱਟ ਹੋ ਜੇ 1 ਤਾਂ ਕਿੰਨਾ ਬਣ ਜਾਂਦਾ? 1। ਤਾਂ ਇਹ ਰਹਿ ਗਿਆ ਏ ਔਰ ਸੀ ਡੀ
ਇੱਥੇ ਰਹਿ ਗਿਆ ਬੀ ਔਰ ਸੀ ਡੀ। ਹੁਣ ਇਹਨੂੰ ਖੋਲ੍ਹ ਦਿਓ ਅੱਗੇ, ਏ ਐਂਡ ਬੀ, ਏ ਐਂਡ ਸੀ ਡੀ, ਬੀ ਐਂਡ ਸੀ ਡੀ, ਸੀ ਐਂਡ ਸੀ ਐਂਡ ਡੀ, ਏ ਐਂਡ ਬੀ, ਇਹਦੇ ਬਾਅਦ ਏ ਐਂਡ ਸੀ ਡੀ, ਫਿਰ ਬੀ ਐਂਡ ਸੀ ਡੀ, ਸੀ ਡੀ ਐਂਡ ਸੀ ਡੀ। ਠੀਕ ਹੈ, ਸੀ ਡੀ ਐਂਡ ਸੀ ਡੀ, ਸੀ ਡੀ ਬਣ ਗਿਆ। ਹਾਂ, ਇਹ ਹੋ ਗਿਆ ਏ ਬੀ ਔਰ ਏ ਸੀ ਡੀ ਔਰ ਬੀ ਸੀ ਡੀ ਔਰ ਸੀ ਡੀ। ਇਹਨਾਂ ਤਿੰਨਾਂ ਦੇ ਵਿੱਚੋਂ ਸੀ ਡੀ ਕੱਢ ਦਿਓ ਕੋਮਨ, ਏ ਬੀ ਔਰ ਸੀ ਡੀ ਕੋਮਨ ਕੱਢਤਾ, ਵਿੱਚ ਕੀ ਰਹਿ ਗਿਆ ਏ ਔਰ ਬੀ ਔਰ ਵਨ। ਇਸ ਐਂਡ ਗੇਟ ਦੀ ਵੀ ਇੱਕ ਔਰ ਗੇਟ ਦੀ ਵਨ ਹੋ ਗਈ ਤਾਂ ਇਹ ਕਿੰਨਾ ਬਣ ਜੂਗਾ, ਵਨ ਬਣ ਜੂਗਾ, ਤਾਂ ਕਿੰਨਾ ਰਹਿ ਗਿਆ ਏ ਬੀ ਔਰ ਸੀ ਡੀ ਇਜੀਕਲ ਟੂ ਆਰ ਐਚ ਐਸ। ਇੱਕ ਲਾਸਟ ਹੋਰ ਕਰੀਏ ਅਸੀਂ ਨੂਮੈਰੀਕਲ, ਅੱਗੇ ਨੂਮੈਰੀਕਲ ਹੈ, ਇਹਦੇ ਵਿੱਚ ਅਸੀਂ ਇਹਨੂੰ ਬੀ ਦੇ ਬਰਾਬਰ ਪੁੱਟ ਕਰ ਪ੍ਰੂਵ ਕਰਨਾ, ਪ੍ਰੂਵ ਦੈਟ ਬੀ ਔਰ ਬੀ ਸੀ ਔਰ ਐਂਡ ਬੀ ਔਰ ਬੀ ਬਾਰ ਸੀ ਐਂਡ ਬੀ ਔਰ ਡੀ ਇਕਲ ਟੂ ਬੀ। ਇਹਦਾ ਐਲ ਐਚ ਐਸ ਲੈ ਲਓ, ਐਲ ਐਚ ਐਸ ਇਜੀਕਲ ਟੂ ਕਾਹਦੇ ਬਰਾਬਰ ਆ ਗਿਆ, ਬੀ ਔਰ ਬੀ ਸੀ ਐਂਡ ਬੀ ਔਰ ਬੀ ਬਾਰ ਸੀ ਐਂਡ ਬੀ ਔਰ ਡੀ। ਠੀਕ ਹੈ, ਇਹਦੇ 'ਚ ਤਾਂ ਬੀ ਕੋਮਨ ਨਿਕਲਿਆ ਹੈ, ਹਾਂ, ਵਿੱਚ ਕੀ ਰਹਿ ਗਿਆ ਵਨ ਔਰ ਸੀ, ਨਹੀਂ ਇਹਦੇ 'ਚੋਂ ਬੀ ਨਹੀਂ ਨਿਕਲਦਾ, ਬੀ ਔਰ ਬੀ ਬਾਰ ਸੀ ਐਂਡ ਬੀ ਔਰ ਡੀ। ਇਹ ਔਰ ਗੇਟ ਦੀ ਇੱਕ ਇਨਪੁੱਟ ਵਨ ਹੋ ਗਈ ਤਾਂ ਕਿੰਨਾ ਹੋ ਜੂਗਾ, ਵਨ, ਇਹ ਬਣ ਗਿਆ ਬੀ ਐਂਡ ਬੀ ਔਰ ਬੀ ਬਾਰ ਸੀ ਐਂਡ ਬੀ ਔਰ ਡੀ। ਆਹ ਬੀ ਨਾਲ ਅੰਦਰ ਮਲਟੀਪਲਾਈ ਕਰ ਦਿਓ, ਐਂਡ ਕਰ ਦਿਓ, ਬੀ ਐਂਡ ਬੀ, ਬੀ ਐਂਡ ਬੀ ਬਾਰ ਸੀ, ਉਹਨੂੰ ਹਜੇ ਨਾ ਛੇੜੋ, ਬੀ ਔਰ ਡੀ। ਇਹਦੇ 'ਚ ਬੀ ਐਂਡ ਬੀ ਬਾਰ ਆ ਗਿਆ, ਇਹ ਕਿੰਨਾ ਹੋ ਗਿਆ, ਜ਼ੀਰੋ, ਬੀ ਐਂਡ ਬੀ ਬਾਰ ਕਿੰਨਾ ਹੋ ਗਿਆ, ਜ਼ੀਰੋ, ਤਾਂ ਬੀ ਐਂਡ ਬੀ ਕਿੰਨਾ ਹੋ ਗਿਆ, ਬੀ, ਬੀ ਔਰ ਜ਼ੀਰੋ ਐਂਡ ਬੀ ਔਰ ਡੀ। ਬੀ 'ਚ ਜ਼ੀਰੋ ਔਰ ਕਰੀਏ ਤਾਂ ਬੀ ਹੁੰਦਾ, ਬੀ ਐਂਡ ਬੀ ਔਰ ਡੀ, ਇਹ ਮਲਟੀਪਲਾਈ ਕਰ ਦਿਓ, ਬੀ ਐਂਡ ਬੀ, ਬੀ ਐਂਡ ਡੀ। ਬੀ ਐਂਡ ਬੀ ਕਾਹਦੇ ਬਰਾਬਰ ਹੁੰਦਾ, ਬੀ ਦੇ, ਬੀ ਐਂਡ ਡੀ,
ਇੱਥੋਂ ਬੀ ਕੋਮਨ ਕੱਢ ਦਿਓ, ਠੀਕ ਹੈ। ਵਨ ਔਰ ਡੀ, ਵਨ ਔਰ ਡੀ ਕਿੰਨਾ ਹੋ ਜੂਗਾ, ਵਨ, ਤਾਂ ਇਜ ਇਕਲ ਟੂ ਬੀ ਇਜ ਇਕਲ ਟੂ ਆਰ ਐਚ ਐਸ। ਇਹ ਸੀਗੇ ਸਾਡੇ ਸਾਰੇ ਨਮੈਰੀਕਲ ਬੇਸਡ ਔਨ ਬੋਲੀਅਨ ਅਲਜਬਰਾ ਔਰ ਬੋਲੀਅਨ ਥਿਊਰਮਸ। ਥੈਂਕ ਯੂ। ਦਿੱਤਾ ਹੋਇਆ ਐਕਸ ਵਾਈ ਵਾਰ ਔਰ ਐਕਸ ਵਾਰ ਵਾਈ, ਅਤੇ ਕੀ ਕੈਲਕੂਲੇਟ ਕਰਨਾ ਸੀ, ਐਫ ਦਾ ਕੰਪਲੀਮੈਂਟ ਕੱਢਣਾ, ਮੀਨਸ ਇਹਦਾ ਕੰਪਲੀਮੈਂਟ ਕੱਢਣਾ, ਐਕਸ ਵਾਈ ਵਾਰ ਔਰ ਐਕਸ ਵਾਰ ਵਾਈ ਦਾ ਕੰਪਲੀਮੈਂਟ, ਠੀਕ ਹੈ। ਇਹ ਐਗਜ਼ੌਰ ਗੇਟ ਹੈ, ਐਗਜ਼ੌਰ ਦਾ ਕੰਪਲੀਮੈਂਟ ਕੀ ਹੁੰਦਾ, ਐਕਸ ਨੋਰ ਹੁੰਦਾ। ਇਹ ਆਪਾਂ ਹੁਣ ਕੱਢੀਏ, ਡੀ ਮੋਰਗਨ ਥਿਓਰਮ ਹੈ, ਇੱਕ ਟਰਮ ਇਹ ਹੈ ਇੱਕ ਟਰਮ ਇਹ ਹੈ, ਇਹਨਾਂ ਦੋਨਾਂ ਦੇ ਵਿੱਚ ਕੀ ਆ, ਔਰ ਹੈ। ਇਹ ਕਾਹਦੇ 'ਚ ਕਨਵਰਟ ਹੋ ਜੂਗਾ, ਐਂਡ 'ਚ, ਐਕਸ ਵਾਈ ਵਾਰ ਦਾ ਕੰਪਲੀਮੈਂਟ ਐਂਡ ਐਕਸ ਵਾਰ ਵਾਈ ਦਾ ਕੰਪਲੀਮੈਂਟ। ਕੰਪਲੀਮੈਂਟ ਕੀ ਹੈ, ਇਕੱਲੇ ਇਕੱਲੇ 'ਤੇ ਚਲਾ ਗਿਆ, ਹੈਂ, ਐਕਸ 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 ਐਂਡ ਵਾਈ ਵਾਰ ਦਾ ਕੰਪਲੀਮੈਂਟ, ਠੀਕ ਹੈ। ਡੀ ਮੋਰਗਨ ਥਿਓਰਮ ਲਾਤੀ, ਆ ਔਰ ਆਪਰੇਸ਼ਨ ਕਾਹਦੇ 'ਚ ਕਨਵਰਟ ਹੋ ਗਿਆ, ਐਂਡ ਦੇ ਵਿੱਚ। ਹੁਣ ਇੱਥੇ ਫਿਰ ਡੀ ਮੋਰਗਨ ਥਿਓਰਮ ਲਾ ਦਿਓ, ਇਹਦੇ ਨੀਚੇ ਕਿੰਨੀਆਂ ਟਰਮ ਹੈ, ਦੋ ਹੈ, ਇਹਨਾਂ ਦੇ ਵਿੱਚ ਐਂਡ ਹੈ, ਇਹ ਐਂਡ ਕਾਹਦੇ 'ਚ ਕਨਵਰਟ ਹੋ ਜੂਗਾ, ਔਰ 'ਚ। ਇਹ ਹੋਜੂ ਐਕਸ ਬਾਰ ਔਰ ਵਾਈ ਡਬਲ ਬਾਰ, ਇਹ ਤੋਂ ਬਾਅਦ ਕਾਹਦੀ ਨਿਸ਼ਾਨੀ ਹੈ, ਐਂਡ ਦੀ ਓਮੇ ਪਾ ਦਿਓ। ਇਹਦੇ 'ਚ ਐਕਸ ਦਾ ਕੀ ਹੋਜੂਗਾ, ਡਬਲ ਬਾਰ ਔਰ ਵਾਈ ਬਾਰ, ਤਾਂ ਇਹ ਕੀ ਬਣ ਗਿਆ, ਐਕਸ ਬਾਰ ਔਰ ਵਾਈ ਬਣ ਗਿਆ। ਇਹ ਕੰਪਲੀਮੈਂਟ ਕੱਟ ਗਏ, ਆਹ ਵੀ ਕੱਟ ਗਏ, ਆਹ ਵੀ ਕੱਟ ਗਏ, ਐਂਡ ਐਕਸ ਔਰ ਵਾਈ ਬਾਰ। ਇਹ ਹੁਣ ਖੋਲ੍ਹ ਦਿਓ, ਐਕਸ ਬਾਰ ਐਂਡ ਐਕਸ, ਐਕਸ ਬਾਰ ਐਂਡ ਵਾਈ ਬਾਰ, ਐਕਸ ਬਾਰ ਐਕਸ ਐਂਡ ਵਾਈ, ਵਾਈ ਐਂਡ ਵਾਈ ਬਾਰ। ਐਕਸ ਐਂਡ ਐਕਸ ਬਾਰ ਕਿੰਨਾ ਹੋਜੂਗਾ, ਜ਼ੀਰੋ, ਵਾਈ ਐਂਡ ਵਾਈ ਬਾਰ ਕਿੰਨਾ ਹੋਜੂਗਾ, ਜ਼ੀਰੋ, ਤਾਂ ਕੀ ਰਹਿ ਗਿਆ, ਐਕਸ ਬਾਰ ਵਾਈ ਬਾਰ ਔਰ ਐਕਸ ਵਾਈ। ਇਹ ਬਣ ਗਿਆ ਐਕਸ ਐਕਸ ਨੋਰ ਵਾਈ, ਤਾਂ ਐਕਸ ਐਕਸ ਔਰ ਵਾਈ ਦਾ ਕੰਪਲੀਮੈਂਟ ਕਾਹਦੇ ਬਰਾਬਰ ਹੁੰਦਾ, ਆਪਾਂ ਨੂੰ ਪਹਿਲਾਂ ਹੀ ਪਤਾ, ਠੀਕ ਹੈ। ਨੋਰ ਦਾ ਕੰਪਲੀਮੈਂਟ ਕਾਹਦੇ ਬਰਾਬਰ ਹੁੰਦਾ, ਨੋਰ ਦੇ, ਐਕਸ ਨੋਰ ਦੇ।